ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਬੀ ਏ ਫਸਟ ਈਅਰ ਫਸਟ ਸਮੈਸਟਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ। ਨਵੇਂ ਸਿਲੇਬਸ ਅਨੁਸਾਰ ਪੰਜਾਬੀ ਦੀ ਤਿਆਰੀ ਲਗਾਤਾਰ ਕਰਵਾ ਰਹੇ ਹਾਂ। ਇਹ ਵੀਡੀਓ ਹੋਣ ਵਾਲੀ ਆ ਸ਼ੌਂਕਣ ਮੇਲੇ ਦੇ ਗੀਤ ਬਾਰੇ, ਉਹਦਾ ਵਿਸ਼ਾ ਵਸਤੂ, ਸਾਰ, ਥੀਮ ਅਤੇ ਉਹਦੇ ਕੇਂਦਰੀ ਭਾਵ ਦੀ ਗੱਲ ਕਰਾਂਗੇ। ਸ਼ੌਂਕਣ ਮੇਲੇ ਦੀ ਨੰਦ ਜਿਹੜੀ ਕਵਿਤਾ ਵਾ, ਗੀਤ ਹੈ ਉਹ ਨੰਦ ਲਾਲ ਨੂਰਪੁਰੀ ਦਾ। ਦੇਖੋ, ਕਵਿਤਾ ਗੀਤ ਤਾਂ ਕਹਿ ਦੇਣਾ ਕਿਉਂਕਿ ਕਵਿਤਾਵਾਂ ਵਾਲਾ ਭਾਗ ਹੈ ਅਤੇ ਉਸਨੂੰ ਕਵਿਤਾ ਵੀ ਕਹਿ ਦਿੰਦੇ ਨੇ, ਥੀ ਜਿਹੜਾ ਗੀਤ ਵੀ ਕਹਿ ਦਿੰਦੇ ਨੇ, ਠੀਕ ਹੈ। ਨੰਦ ਲਾਲ ਨੂਰਪੁਰੀ ਦੁਆਰਾ ਲਿਖਿਆ ਗਿਆ ਇੱਕ ਪ੍ਰਸਿੱਧ ਗੀਤ ਹੈ। ਇਸ ਵਿੱਚ ਕਵੀ ਨੇ ਮੇਲੇ ਦੀ ਸ਼ੌਂਕਣ, ਪੰਜਾਬਣ ਮੁਟਿਆਰ ਦੀ ਸੁੰਦਰਤਾ ਅਤੇ ਬੇਸੁੱਧ ਕਰ ਦੇਣ ਵਾਲੇ ਪ੍ਰਭਾਵ ਦਾ ਜ਼ਿਕਰ ਕੀਤਾ। ਸ਼ੌਂਕਣ ਪੰਜਾਬਣ, ਸ਼ੌਂਕਣ ਕੀ ਹੁੰਦਾ? ਜਿਹਨੂੰ ਬਹੁਤ ਸ਼ੌਂਕ ਹੁੰਦਾ। ਸ਼ੌਂਕਣ ਮੇਲੇ ਦੀ, ਮਤਲਬ ਉਹਨੂੰ ਮੇਲੇ ਦਾ ਸ਼ੌਂਕ ਆ, ਮੇਲੇ 'ਤੇ ਜਾਣ ਦਾ ਸ਼ੌਂਕ ਹੈ, ਉਸ ਚੀਜ਼ ਦੀ ਗੱਲ ਕੀਤੀ ਗਈ ਹੈ। ਮੇਲੇ ਦੀ ਸ਼ੌਂਕਣ ਪੰਜਾਬਣ ਮੁਟਿਆਰ ਪੈਰ ਧੋ ਕੇ ਝਾਂਜਰਾ ਪਾਉਂਦੀ ਹੈ, ਸੱਪ ਵਾਂਗ ਵਲ ਖਾਂਦੀ ਹੋਈ ਆਉਂਦੀ ਹੈ। ਮੁਰੱਬਿਆਂ ਦੀ ਮਾਲਕ, ਮੁਰੱਬਿਆਂ ਮਤਲਬ ਉਹ ਮਤਲਬ ਦੋ ਤਿੰਨ ਉਹਨਾਂ ਕੋਲ ਪੈਲੀ ਆ, ਪੈਲੀ ਮਤਲਬ ਉਹਨਾਂ ਕੋਲ ਖੇਤ ਨੇ, ਜ਼ਮੀਨ ਆ ਉਹਨਾਂ ਦੀ ਮਾਲਕ। ਉਹ ਸਿਰ ਉੱਤੇ ਅੰਬ ਰਸੀਆਂ ਦੁਪੱਟਾ ਲੈ ਕੇ, ਗਲ ਵਿੱਚ ਕਾਲੀ ਵਾਸਕਟ ਪਾ ਕੇ, ਆਲੇ ਦੁਆਲੇ ਉੱਪਰ ਆਪਣੇ ਹੁਸਨ ਦਾ ਜਾਦੂ ਚਲਾਉਂਦੀ ਜਾਂਦੀ ਹੈ। ਜਦੋਂ ਉਹ ਮੇਲੇ ਵਿੱਚ ਲੱਡੂਆਂ ਦਾ ਭਾਅ ਪੁੱਛਦੀ ਹੈ ਤਾਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਸਾਰੇ ਸ਼ਹਿਰ ਵਿੱਚ ਚੰਦ ਚੜ੍ਹ ਪਿਆ ਹੋਵੇ, ਤਾਰੇ ਛਿਪ ਗਏ ਹੋਣ। ਉਸਨੇ 20 ਗਜ ਦਾ ਘੱਗਰਾ ਪਾਇਆ ਹੋਇਆ, ਤੁਰਨ ਸਮੇਂ ਉਸਦਾ ਲੱਕ ਮਰੋੜੇ ਖਾ ਰਿਹਾ ਹੈ। ਹੁਣ ਦੇਖੋ, ਇਹ ਡਿਸਕ੍ਰਾਈਬ ਕੀਤਾ ਜਾ ਰਿਹਾ ਇੱਕ ਸ਼ੌਂਕਣ ਮੁਟਿਆਰ ਨੂੰ, ਕਿੱਦਾਂ ਡਿਸਕ੍ਰਾਈਬ ਕੀਤਾ ਜਾ ਰਿਹਾ, ਕਦੋਂ ਤੁਰਦੀ ਆ, ਕੀ ਹੋ ਰਿਹਾ, ਉਹਦੇ ਸਰੀਰ ਦੀ ਕੀ ਮੂਵਮੈਂਟ ਹੋ ਰਹੀ ਆ, ਬਾਡੀ ਦੀ ਕੀ ਮੂਵਮੈਂਟ ਹੋ ਰਹੀ ਆ, ਉਸਨੂੰ ਇੱਕ ਗੀਤ ਦੇ ਵਿੱਚ ਨੰਦ ਲਾਲ ਨੂਰਪੁਰੀ ਨੇ ਦਰਸਾਇਆ, ਠੀਕ ਹੈ। ਉਸਦੀ ਲਾਲ ਕੁੜਤੀ ਵਿੱਚੋਂ ਅੱਗ ਸਿਮਦੀ ਜਾਪਦੀ ਹੈ, ਲਹੂ ਦੀ ਚਮਕ ਬਿਜਲੀ ਵਾਂਗ ਚਮਕਦੀ ਹੈ। ਉਸਦੀ ਸੁੰਦਰਤਾ ਦੇਖ ਕੇ ਰਾਹੀਆਂ ਨੂੰ ਰਾਹ ਭੁੱਲ ਗਏ ਨੇ। ਉਸਦੇ ਗੋਰੇ ਹੱਥਾਂ ਦੀ ਮਹਿੰਦੀ ਦਾ ਖਾ ਮਖਾ ਆਸ਼ਕਾਂ ਦੇ ਗਲ ਪੈ ਜਾਂਦੀ ਹੈ। ਇਸ ਤਰ੍ਹਾਂ ਉਸਦੀ ਸੁੰਦਰਤਾ ਦੇ ਪ੍ਰਭਾਵ ਤੋਂ ਕੋਈ ਵੀ ਨਹੀਂ ਬਚ ਸਕਦਾ। ਸ਼ੌਂਕਣ ਮੇਲੇ ਦੀ ਮੁਟਿਆਰ ਦਾ ਕੇਂਦਰੀ ਭਾਵ ਇੱਕ ਮੁਟਿਆਰ, ਇੱਕ ਔਰਤ ਬਾਰੇ ਉਸਦੀ ਸੁੰਦਰਤਾ ਨੂੰ ਦੱਸਿਆ ਗਿਆ, ਉਹ ਕਿਵੇਂ ਤੁਰਦੀ ਹੈ, ਉਹਦੇ ਹੱਥ ਪੈਰ ਕਿੱਦਾਂ ਦੇ ਨੇ, ਉਹਦਾ ਲਹੂ ਕਿੱਦਾਂ ਦਾ ਵਾ, ਉਹਨੇ ਕੀ ਪਹਿਨਿਆ ਹੋਇਆ ਵਾ। ਉਹ ਮੁਟਿਆਰ ਜਿਹੜੀ, ਉਹਦੀ ਸੁੰਦਰਤਾ ਇੰਨੀ ਜ਼ਿਆਦਾ ਵਧੀਆ ਕਿ ਜਿਹੜੀ ਰਾਹ ਜਾਂਦੀ ਰਾਹ ਨੇ, ਰਾਹੀ ਨੇ, ਉਹ ਵੀ ਭੁੱਲ ਜਾਂਦੇ ਆ ਰਾਹ, ਅਤੇ ਜਿਹੜੇ ਆਸ਼ਕ ਆ ਉਹ ਵੀ ਇੱਕ ਦੂਜੇ ਖਾ ਮਖਾ ਇੱਕ ਦੂਜੇ ਨਾਲ ਲੜਨ ਲੱਗ ਪੈਂਦੇ ਆ, ਇੱਕ ਦੂਜੇ ਦੇ ਗਲ ਪੈਂਦੇ ਨੇ, ਠੀਕ ਹੈ, ਹੱਥਾਂ ਦੀ ਮਹਿੰਦੀ ਨੂੰ ਦੇਖ ਕੇ, ਗੋਰੇ ਹੱਥਾਂ ਨੂੰ ਦੇਖ ਕੇ, ਤਾਂ ਉਹਦੇ ਹੁਸਨ ਤੋਂ, ਉਹਦੀ ਸੁੰਦਰਤਾ ਤੋਂ ਕੋਈ ਵੀ ਨਹੀਂ ਬਚ ਸਕਿਆ। ਇਹ ਵਿਸ਼ਾ ਵਸਤੂ ਅਤੇ ਥੀਮ ਹੈ ਅਤੇ ਸਾਰ ਹੈ। ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ, ਇਹਦਾ ਕੇਂਦਰੀ ਭਾਵ ਕਰਦੇ ਹਾਂ। ਮੇਲੇ ਦੀ ਸ਼ੌਂਕਣ ਮੁਟਿਆਰ ਚੰਦ ਵਰਗੀ ਸੋਹਣੀ ਅਤੇ ਗੋਰੀ ਹੈ, ਉਹ ਸੱਪ ਵਾਂਗ ਮੇਲਦੀ ਹੋਈ ਤੁਰਦੀ ਹੈ। ਉਹ ਝਾਂਜਰਾਂ ਪਾ ਕੇ, ਸਰੋਤੇ ਅੰਬ ਰੱਸੀਆਂ ਦੁਪੱਟਾ ਲੈ ਕੇ, 20 ਗਜ਼ ਦਾ ਘੱਗਰਾ ਪਾ ਕੇ, ਹੱਥਾਂ ਉੱਪਰ ਮਹਿੰਦੀ ਲਾ ਕੇ, ਬੇਸੁੱਧ ਕਰ ਦੇਣ ਦੇ ਹੁਸਨ ਦੀ ਮਾਲਕ ਬਣੀ ਹੋਈ ਹੈ। ਦੇਖੋ, ਜੋ ਅਸੀਂ ਪੜ੍ਹਿਆ ਉਹਨੂੰ ਸਿਰਫ ਚਾਰ ਲਾਈਨਾਂ ਵਿੱਚ ਡਿਸਕ੍ਰਾਈਬ ਕੀਤਾ ਗਿਆ, ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਚੀਜ਼, ਇਸਨੂੰ ਜ਼ਰੂਰ ਮੈਂ ਦੁਬਾਰਾ ਪੜ੍ਹ ਕੇ ਤੁਹਾਨੂੰ ਇੱਕ ਵਾਰ ਦੱਸਦਾ ਵਾਂ। ਮੇਲੇ ਦੀ ਸ਼ੌਂਕਣ ਪੰਜਾਬਣ ਚੰਦ ਵਰਗੀ ਮੁਟਿਆਰ ਸੋਹਣੀ ਗੋਰੀ ਹੈ, ਉਹ ਸੱਪ ਵਾਂਗ ਮੇਲਦੀ ਹੈ, ਸੱਪ ਵਾਂਗ ਚੱਲਦੀ ਹੈ। ਉਸਨੇ ਕਾਫੀ ਅੱਛਾ ਪਹਿਰਾਵਾ ਪਹਿਨਿਆ ਹੋਇਆ, ਉਹ ਝਾਂਜਰਾ ਪਾ ਕੇ, ਸਿਰ ਉੱਤੇ ਅੰਬ ਰੱਸੀਆ ਦੁਪੱਟਾ ਲੈ ਕੇ, 20 ਗਜ਼ ਦਾ ਘੱਗਰਾ ਪਾ ਕੇ, ਹੱਥਾਂ ਉੱਪਰ ਮਹਿੰਦੀ ਲਾ ਕੇ, ਆਪਣਾ ਹੁਸਨ ਜਿਹੜਾ ਵਾ ਉਹ ਵਿਖਾਰਦੀ ਫਿਰਦੀ ਹੈ, ਬੇਸੁੱਧ ਕਰ ਦੇਣ ਵਾਲੇ ਹੁਸਨ ਦੀ ਮਾਲਕ ਬਣੀ ਹੋਈ ਹੈ। ਠੀਕ ਹੈ, ਵੀਡੀਓ ਵਧੀਆ ਲੱਗੀ ਲਾਈਕ ਕਰਿਓ, ਸ਼ੇਅਰ ਕਰਿਓ, ਟੈਲੀਗ੍ਰਾਮ ਨੂੰ ਜੁਆਇਨ ਕਰਿਓ, ਇੱਕ ਚੈਨਲ ਨੂੰ ਸਬਸਕ੍ਰਾਈਬ ਕਰੋ। ਇੱਕ ਗੱਲ ਹੋਰ ਤੁਹਾਨੂੰ ਮੈਂ ਕਹਿਣੀ ਸੀ, ਪਲੇਲਿਸਟ ਨੂੰ ਫੋਲੋ ਕਰ ਲਿਓ, ਪਲੇਲਿਸਟ ਵਿੱਚ ਤੁਹਾਨੂੰ ਹਰ ਇੱਕ ਜਾਣਕਾਰੀ, ਹਰ ਇੱਕ ਵੀਡੀਓ ਉੱਥੇ ਜਾਣਕਾਰੀ ਮਿਲੇਗੀ। ਇਸ ਤੋਂ ਇਲਾਵਾ ਆਪਾਂ ਪੰਜਾਬੀ ਤੋਂ ਇਲਾਵਾ ਹਿਸਟਰੀ ਦੇ ਬਾਕੀ ਸਬਜੈਕਟਾਂ ਦੀ ਤਿਆਰੀ ਵੀ ਸ਼ੁਰੂ ਕੀਤੀ ਹੋਈ ਹੈ, ਆਪਾਂ ਜਲਦ ਉਹਨੂੰ ਵੀ ਕੰਪਲੀਟ ਕਰਾਂਗੇ। ਤੁਸੀਂ ਚੈਨਲ 'ਤੇ ਬਣੇ ਰਹੋ। ਅਗਲੀ ਵੀਡੀਓ 'ਚ ਅਸੀਂ ਗੱਲ ਕਰਾਂਗੇ ਵਤਨ ਦਾ ਸ਼ਹੀਦ, ਵਿਸ਼ਾ ਵਸਤੂ, ਸਾਰ ਅਤੇ ਕੇਂਦਰੀ ਭਾਵ। ਧੰਨਵਾਦ।